ਹਾਂਜੀ ਦੋਸਤੋ, ਕੀ ਹਾਲ ਚਾਲ? ਉਮੀਦ ਕਰਦੇ ਨੇ ਸਾਰੇ ਜਾਣੇ ਤੁਸੀਂ ਘੈਂਟ ਹੋਗੇ ਅਤੇ ਮੈਂ ਤੁਹਾਡਾ ਆਪਣਾ ਤਾਲੀਵਾਲ, ਤੁਸੀਂ ਦੇਖ ਰਹੇ ਹੋ ਤਾਲੀਵਾਲ ਗੇਮਿੰਗ, ਅਤੇ ਲੈ ਕੇ ਆ ਗਏ ਤੁਹਾਡੇ ਲਈ ਇੱਕ ਹੋਰ ਘੈਂਟ ਜੀ ਵੀਡੀਓ। ਅਤੇ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਕੁਛ ਇੰਟਰਸਟਿੰਗ ਹੋਣ ਵਾਲਾ, ਤੁਸੀਂ ਵੀਡੀਓ ਸ਼ੁਰੂ ਤੋਂ ਐਂਡ ਤੱਕ ਵੇਖਿਓ। ਅਤੇ ਸਾਰੇ ਮੇਰੇ ਭਰਾਵਾਂ ਦੇ ਨਾਂ ਲਿਖੇ ਜਾਣਗੇ, ਅਤੇ ਤੁਸੀਂ ਹੋਰ ਕਮੈਂਟ ਕਰਿਓ ਤੁਹਾਡੇ ਵੀ ਲਿਖੇ ਜਾਣਗੇ, ਤਾਂ ਉਹ ਅਸੀਂ ਇੱਕ ਸਪੈਸ਼ਲ ਚੀਜ਼ ਕਰਾਂਗੇ, ਉਹ ਤੁਸੀਂ ਵੀਡੀਓ ਦੇ ਵਿੱਚ ਵੇਖਿਓ। ਅਤੇ ਮੈਂ ਚੱਲਦਾ ਫਾਰਮ 'ਤੇ, ਮੈਂ ਥੋੜ੍ਹਾ ਕੰਮ ਆਇਆ ਸੀ ਯਾਰ, ਇਹਦਾ ਸਮਾਨ ਸਮੂਨ ਖਰੀਦਣਾ ਸੀ, ਅਤੇ ਆਪਣੇ ਵਾਲੇ ਸ਼ੋਰ 'ਚ ਪਤਾ ਨਹੀਂ ਕੀ ਕਰਦੇ ਹੋਣਗੇ, ਜਾ ਕੇ ਪਤਾ ਲੱਗਣਾ। ਅਤੇ ਚਲੋ ਚੱਲਦੇ ਹਾਂ ਗੇਮ ਦੇ ਵਿੱਚ। ਅਤੇ ਬਾਈ 60% ਤੁਸੀਂ ਸਬਸਕ੍ਰਾਈਬ ਨਹੀਂ ਕਰਦੇ, ਇਹ ਗੱਲ ਬਹੁਤ ਗਲਤ ਆ ਤੁਹਾਡੇ ਲਈ, ਠੀਕ ਹੈ? ਅਤੇ ਵੀਡੀਓ ਨੂੰ ਬੜਾ ਪਿਆਰ ਦਿਆ ਕਰੋ ਯਾਰ, ਸ਼ੇਅਰ ਕਰਿਆ ਕਰੋ ਯਾਰਾਂ ਦੋਸਤਾਂ ਦੇ ਵਿੱਚ। ਲਓ ਜੀ, ਆਪਾਂ ਨਾ ਥੋੜ੍ਹਾ ਖਾਣਾ ਪੀਣਾ ਲੈਣ ਗਏ ਆਏ ਸੀ ਯਾਰ, ਗਾਈਆਂ ਗੁਈਆਂ ਦਾ, ਮੈਂ ਕਿਹਾ ਭੁੱਖੀਆਂ ਨਾ ਮਰ ਜਾਣ ਵਿਚਾਰੀਆਂ। ਅਤੇ ਕਰੀਏ ਆਪਣੀ ਗੱਡੀ ਸਟਾਰਟ। ਚਲੋ ਜੀ, ਓਏ 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 ਓਏ, ਇਹ ਨਾ ਥੋੜ੍ਹੀ ਜਿਹੀ ਹੈਂਡਲਿੰਗ ਯਾਰ ਮਾੜੀ ਆ, ਅਤੇ ਬਟ ਕੋਈ ਚੱਕਰ ਨਹੀਂ, ਕੋਈ ਨਹੀਂ, ਜੱਟਾ ਕਰਾਂਗੇ। ਉੱਥੋਂ ਜੀ ਭੈਣ ਆਹ ਗੱਡੀ, ਚਲੋ 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 ਚਲੋ, ਆਹ ਬਚ ਗਏ 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 ਬਚ ਗਏ, ਬਚਤ ਰਹਿ ਗਈ ਬਚਤ ਰਹਿ ਗਈ ਬਚਤ ਰਹਿ ਗਈ। ਅਤੇ ਬਾਈ ਅੱਜ ਨਾ ਤੁਹਾਨੂੰ ਹੋਰ ਕੀ ਦੱਸਾਂ ਯਾਰ, ਮੈਂ ਗਿਆ ਸੀਗਾ ਸਮਾਨ ਖਰੀਦਣ ਸ਼ੋਪ 'ਤੇ, ਅਤੇ ਆਪਣੇ ਮਗਰ ਪੈ ਗਿਆ ਸੀ ਭਾਲੂ, ਅਤੇ ਬਚਤੀ ਰਹੀ ਆ ਬਸ ਆਪਣੀ ਉੱਥੇ। ਉਹ ਤਾਂ ਪਿਸਤੌਲ 'ਚ, ਉੱਧਰੋਂ ਪਿਸਤੌਲ ਵੀ ਰੀਲੋਡਡ ਨਹੀਂ ਸੀਗਾ, ਅਤੇ ਤੁਸੀਂ ਦੇਖਿਓ ਵੀਡੀਓ ਦੇ ਵਿੱਚ ਬਾਈ ਚੱਕਤਾ ਸੀ ਕੰਮ ਬਾਈ ਨੇ। ਉਹ ਤਾਂ ਜਲਦੀ ਜਲਦੀ ਮੈਂ ਪਿਸਤੌਲ ਰੀਲੋਡ ਕੀਤਾ, ਅਤੇ ਹਜੇ ਆਪਣੇ ਗਾਈਆਂ ਵਾਲੇ ਫਾਰਮ 'ਤੇ ਉਹਦਾ ਉਹਨਾਂ ਦੀ ਲੜਾਈ ਚੱਲੀ ਜਾਂਦੀ ਆ, ਕੁੱਕੜ ਇਹਦੀ, ਬੱਕਰੀਆਂ ਅਤੇ ਗਾਈਆਂ ਦੀ। ਉਹ ਕਹਿੰਦੀਆਂ ਹਮ ਇੱਕ ਜਗ੍ਹਾ ਨਹੀਂ ਰਹਿ ਸਕਤੇ। ਪਹਿਲਾਂ ਮੈਨੂੰ ਆਹ ਦੇਖਣ ਦੇ, ਮੇਰੇ ਕੋਲ ਲੱਗਦਾ ਹੈ ਕਿੱਥੇ ਨੇ, ਇੱਥੇ ਗੱਡੀ ਰੋ, ਇੱਧਰ ਮਤਲਬ ਗਾਈਆਂ ਵਾਲੇ 'ਚ ਤਾਂ ਦੀਆਂ ਤਾਂ ਹੈ ਨਹੀਂ, ਤੁਰੇ ਫਿਰਦੇ ਕਿਤੇ ਦੇਖਾਂ। ਇੱਥੇ ਵੀ ਹੈ ਨਹੀਂ। ਓ ਹੈਲੋ, ਕਿਹੜਾ 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 ਹੈਲੋ, ਹਾਂ ਉੱਠ ਖੜੋ ਭੈਣ, ਤੁਸੀਂ ਸੁੱਤੇ ਪਏ ਹੋ ਤੱਕ ਹੋਣੀ ਹੈ। ਓ ਬਾਈ, ਓ ਸੌਰੀ ਸੌਰੀ, ਓ ਸਵੇਰ ਹੋ ਗਈ। ਓ ਤੀਜਾ ਇੱਕ ਹੋਰ ਕਿੱਥੇ ਆ, ਉਹ ਕੌਣ ਆ ਗਿਆ ਖੜਾ ਓਏ, ਹੈ ਹੈ ਕੌਣ ਆ ਬਾਈ, ਕੌਣ ਆ ਬਾਈ, ਕੌਣ ਆ ਰਤਾਲੀ ਵਾਲਾ ਬਾਈ ਹੈ। ਓ ਤਿੰਨ, ਓ 4 ਵੱਜ ਗਏ, ਤੁਸੀਂ ਕੀ ਕਰਨ ਲੱਗੇ ਅੱਜ? 4 ਵੱਜ ਗਏ, ਚਾਹ ਨਹੀਂ ਬਣਾਈ? ਚਾਹ ਮੈਂ ਧਰਾਂ, ਧਰ ਲਓ ਬਾਈ ਫਿਰ, ਦੁੱਧ ਵੱਧ ਵਾਲਿਓ ਹੈ। ਅੱਗ ਲੱਭੇ ਰੱਖਿਓ ਹੋਇਆ ਬਾਈ ਚਾਹ ਦੇ ਲਈ, ਉਹ ਜਿਹੜੀਆਂ ਮਾਸੀਆਂ ਲਿਆਂਦੀਆਂ, ਉਹ ਚੋਣੀਆਂ ਨੇ ਕੁੱਕੜਾਂ ਦੇ ਆਂਡੇ ਚੱਕਣੇ ਆ। ਉਹ ਹਾਂ, ਦੁੱਧ ਵੀ ਚਾਹੀਦਾ ਹਨ ਬਾਈ, ਕੁੱਕੜਾਂ ਨੂੰ ਖਾਣਾ ਵੀ ਪਾਉਣਾ ਬਾਈ, ਅੱਗੇ ਵਾਲੇ ਬਾਈ ਤਾਂ ਕੁਛ ਕਰਦੇ ਨਹੀਂ। ਕੁੱਕੜਾਂ ਦੇ ਆਂਡੇ ਨਹੀਂ, ਕੁੱਕੜੀਆਂ ਦੇ ਆਂਡੇ ਚੱਕਣੇ ਆਪਾਂ। ਚਲੋ ਜੋ ਵੀ ਹੈ, ਮਤਲਬ ਆਂਡੇ ਚੱਕਣੇ ਹਜੇ ਬਾਈ, ਖਾਣਾ ਪਾ ਦੋ ਅੱਗੇ ਆ ਨੂੰ, ਕੁੱਕੜਿਆਂ ਨੂੰ ਬਾਈ, ਹੈ ਨਹੀਂ ਇਹਨਾਂ ਦੇ ਕੋਲ। ਇੱਥੇ ਰੱਖ ਲਓ ਬਾਈ ਜੀ, ਇੱਥੇ ਉੱਤੇ ਰੱਖ ਕੇ ਦਿਓ, ਕਰ ਲਓ ਖਾਣਾ ਪਾ ਦੇ। ਤੇਰਾ ਨਾਂ ਕੀ ਆ? ਉਹ ਗੌਰਵ, ਬਿੱਠਾਂ ਚੱਕ ਦੇ ਬਾਈ, ਤੂੰ ਬਿੱਠਾਂ ਬਹੁਤ ਕੀਤੀਆਂ ਬਈਆਂ ਕੁੜੀਆਂ ਨੇ ਯਾਰ। ਆਂਡੇ ਵੀ ਚੱਕ ਲਓ, ਆਂਡੇ ਚੱਕੋ ਹੌਲੀ, ਇਹਨੂੰ ਥੱਲੇ ਰੱਖੀ ਰੱਖ ਬਾਈ ਵੀਰ ਮੇਰੇ। ਆ ਬਿੱਠਾ ਬਿੱਠਾ ਸਹੀ ਕਰ ਦਿਓ ਨਾਲੇ, ਗੌਰਵ ਬਿੱਠ ਚੱਕ ਦੇ। ਆ ਬਾਈ ਕੁੱਕੜ ਬਾਹਰ ਨਿਕਲ ਗਏ, ਉਹ ਕੋਈ ਨਾ ਘੁੰਮ ਫਿਰ ਲੈਣ ਦੇ, ਘੁੰਮ ਫਿਰ ਲੈਣ ਦੇ। ਫਿਰ ਬਾਹਰ ਘੁੰਮ ਫਿਰਨ ਤਾਂ ਠੀਕ ਆ, ਹੱਥ ਨੂੰ ਐ ਨਾ ਪਤਾ ਲੱਗੇ ਲੈਗ ਪੀਸ ਆਪਾਂ ਹੀ ਖਾਈ ਜਾਂਦੇ ਹੋਏ ਗਾਂਡੀਆਂ ਦੇ ਬੈਠੇ। ਨਹੀਂ 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 ਨਹੀਂ, ਔਲਖ ਬੰਦਾ ਸਿਆਣਾ ਲੱਗਦਾ ਮੈਨੂੰ, ਔਲਖਾ ਆਪਾਂ ਹੱਥ ਨੇ ਕੁੱਕੜ ਸੁੱਟਣਾ ਇੱਕ ਵਾਰ। ਉਹ ਕੋ ਤੂੰ ਬੰਦਾ ਬਣਾ, ਕੁੱਕ ਸੁੱਟਣਾ ਕੁੱਕੜ, ਹਰ ਵਾਰੀ ਤੁਹਾਡਾ ਇਹ ਡਰਾਮਾ। ਕੁੱਕੜ ਜਾ, ਉਹ ਨਾਲੇ ਉਹ ਗੰਜਾ ਭਾਈ ਕਿੱਥੇ ਆਪਣਾ? ਉਹ ਗਿਆ ਵਿਆ ਯਾਰ, ਉਹ ਗਿਆ ਵਿਆ ਸੀ ਨਾਨਕੀ, ਮੁੜੇ ਨਹੀਂ, ਮੁੜੇ ਨਹੀਂ ਨਾਨਕੀ ਨਾਲੇ। ਆ ਇੱਥੇ ਦੇਖੀਏ, ਓਹੋ ਓ ਤੇਰੀ ਭੈਣ ਨੂੰ ਗਾਂ ਸੂਪੀ, ਨੰਨਾ ਮੁੰਨਾ ਬੱਛਾ, ਬੱਲੇ 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 ਬੱਲੇ, ਵਜੀ ਵਾ
ਨਹੀਂ ਨਹੀਂ ਬੱਚੀ ਆ ਮੈਂ ਥੱਲੇ ਹੋ ਕੇ ਦੇਖ ਕੇ ਓਏ ਇੱਧਰ ਬੱਕਰੀ ਸੂਪੀ ਓਏ ਬੱਕਰੀ ਵੀ ਸੂਪੀ ਵਾਹ ਵਾਓ ਬੱਲੇ ਇੱਧਰ ਦੇਖ ਕੇ ਇਹ ਟੱਠਾ ਨਾ ਸੂਪੀ ਦੇ ਹੁਣ ਆਏ ਨਾ ਕਹਿੰਦੀ ਟੱਠਾ ਵੀ ਸੂਪਿਆ ਉਹ ਤਾਂ ਗੌਰਵ ਆ ਕੁੱਟਣਾ ਨਹੀਂ ਇੱਧਰ ਨਹੀਂ ਕੋਈ ਸੂਆ ਜੇ ਹਮਾਰੇ ਘਰ ਮੇ ਬੱਚੇ ਆਏ ਨੰਨੇ ਮੁੰਨੇ ਭਈਆ ਦਾ ਦੋ ਟੱਠੇ ਇੱਕ ਦਸੂਣਗੇ ਖੜ ਜਾ ਪਹਿਲਾਂ ਲਾਈਟ ਲਾ ਕੇ ਆਵਾਂ ਲਾਈਟ ਛੱਡ ਯਾਰ ਤੈਨੂੰ ਦੇਖੀ ਇਹਨੂੰ ਦਿਖਦੇ ਨਹੀਂ ਭਈਆ ਤਾਂ ਵਿਚਾਰੇ ਹੋਰ ਅਲਖਾ ਦੇਖ ਕੇ ਦੇਖ ਕੇ ਦੇਖ ਕੇ ਦੇਖ ਕੇ ਕਿਤਾਬ ਦਵਾਤੇ ਗਿਲਬੇ ਨੂੰ ਚੱਕ ਲੈਣੇ ਆ ਦੂਜੀ ਮਿੰਟ ਤੇ ਹੋਰ ਵਾਜੀ ਵਾ ਚੱਕ ਦੇ ਫੱਟੇ ਨੱਪਦੇ ਕਿੱਲੀ ਕੱਲ ਕੋ ਸ਼ਾਮ ਜਲੰਧਰ ਕੋ ਦਿੱਲੀ ਹੈਲੋ ਮਾਰ ਨਾ ਦਿਓ ਬਈ ਗਰੀਬਾਂ ਨਾਲ ਧੱਕਾ ਨਾ ਕਰਿਓ ਬਈ ਚਲੋ ਢੋਲ ਹੋਰ ਲੈ ਕੇ ਆਉਣੇ ਸੀ ਵੀਰੇ ਤਾਂ ਭਰ ਜਾਣਗੇ ਕੋਈ ਨਾ ਕੋਈ ਨਾ ਅੱਜ ਦੇਖਦੇ ਹਾਂ ਕੋਈ ਹੋਰ ਕੰਮ ਕਰਦੇ ਹਾਂ ਠੀਕ ਹੈ 14 ਲੀਟਰ ਦਿੱਤਾ ਬਈ ਇਹਨੇ ਹਾਂ ਓਏ ਹੋਏ ਆ ਹੈਗਾ ਤਾਂ ਹੈਗਾ ਬਈ ਇੱਕ ਹੋਰ ਢੋਲ ਇਹ ਰਹਾ ਨਹੀਂ ਆਪਾਂ ਜੇ ਮਸ਼ੀਨਾਂ ਹੀ ਲਾ ਲਈਏ ਸਿੱਧੀਆਂ ਓ ਢੋਲ ਓਹੋ ਮਸ਼ੀਨ ਚ ਪਊ ਤਾਂ ਢੋਲ ਚ ਹੀ ਹਾਏ ਓਏ ਹਾਏ ਓ ਰੱਬਾ ਦੂਜੇ ਤੇ ਲਾ ਦੇ ਦੂਜੀ ਤੇ ਲਾ ਦੇ ਲਾ ਲਾ ਇਹਨੂੰ ਛੜ ਮਾਰੂਗੀ ਆ ਬਈ ਕਿਹੜੀ ਰਹਿ ਗਈ ਹੁਣ ਬਲਤੀ ਚੱਲ 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 ਦੱਸੀ ਹਾਂ ਵਾ ਠੀਕ ਆ ਆ ਗੋਹਾ ਚੱਕ ਦੋ ਗਿਲ ਬਈ ਓਏ ਮਾਏ ਤੇਰੀ ਭੈਣ ਵੱਡੇ ਦੀ ਠੀਕ ਹੈ ਹਾਂ ਠੀਕ ਆ ਬਈ ਠੀਕ ਆ ਉਹ 42 ਲੀਟਰ ਹੋ ਗਿਆ ਬਹੁਤਾ ਉਧਰਲੇ ਦੂਜੇ ਪਾਸੇ ਆ ਜਾ ਉਧਰ ਰਹਿ ਗਿਆ ਦੋ ਗਈਆਂ ਆ ਚੋਲੋ ਆ ਪੁੱਤ ਇਧਰ ਆ ਜਾ ਤੂੰ ਬੱਕਰੀ ਦਾ ਦੁੱਧ ਵੀ ਚੋਣਾ ਪਊਗਾ ਜੀ ਦੋ ਨਹੀਂ ਇੱਕ ਹੀ ਆ ਬੱਕਰੇ ਦਾ ਦੁੱਧ ਕਿਹੜਾ ਚੋਣਾ ਤੂੰ ਬੱਕਰੀ ਦਾ ਦੁੱਧ ਹੁੰਦਾ ਉਹ ਭੈਣ ਦਾ ਵੀਰ ਇਹਨੂੰ ਕੀ ਕੀ ਦਿੱਕੇ ਗਿਆ ਇਹਨੂੰ ਬਈ ਹੁੰਦਾ ਕਿਉਂ ਨਹੀਂ ਬੱਕਰੀਆਂ ਦਾ ਦੁੱਧ ਕਿਉਂ ਨਹੀਂ ਹੁੰਦਾ ਇੱਕ ਇੱਕ ਗੱਲ ਦੱਸ ਬੱਕਰੀ ਦਾ ਹੁੰਦਾ ਬੱਕਰੇ ਦਾ ਥੋੜੀ ਹੁੰਦਾ ਦੁੱਧ ਯਾਰ ਆ ਜਾ ਗੱਲਾ ਗੱਲਾ ਤੂੰ ਇੱਧਰ ਆ ਯਾਰ ਇਹ ਤਾਂ ਵਿਲ ਹੈ ਹਾਂ ਹੋਰ 5 ਵਜ ਕੇ ਸ਼ਾਮ ਦਾ ਟਾਈਮ ਹੋ ਗਿਆ ਆ ਖੋਲ ਗੇਟ ਚੱਲ ਬਈ ਚਲੋ ਚਲੋ ਉਹ ਫੜ ਕੇ ਲਈ ਗਾ ਉਹ ਛੱਡ ਦੇ ਗਾ ਮੈਂ ਨਹੀਂ ਫੜੀ ਮੈਂ ਤਾਂ ਛੱਡੀ ਪਈ ਆ ਉਹ ਲੈ ਗਿਆ ਛੱਡ ਦੇ ਹਾਏ ਓਏ ਮੈਂ ਲਾਇਆ ਸਾਹਿਬ ਇਹ ਬੰਦਾ ਤੁਸੀਂ ਰੱਖਿਆ ਕਿੰਨੇ ਚ ਓਏ 10 ਰੁਪਈਆ ਚ ਵੀਰੇ ਓ ਬੈਂਚ ਨਹੀਂ ਨਹੀਂ ਮੈਂ ਤਾਂ ਉਹ ਗਿਲ ਲੈਣ ਆਇਆ ਬਈ ਆ ਤਾਂ ਗਿਲ ਬਾਈ ਦਾ ਹੀ ਸਹਿਪਾਠੀ ਆ ਹੁਣ ਤੋਂ ਬਚੋ ਉਹ ਬਾਹਰੇ ਨਿਕਲ ਗਈ ਅੰਦਰ ਮੋੜ ਲੈ ਕੇ ਚੱਲ ਨੂੰ ਅੰਦਰ ਨਾਲੇ ਬਾਈ ਮੇਰੀ ਗੱਲ ਸੁਣੋ ਬਾਈ ਜੀ ਇਹਨਾਂ ਨੂੰ ਕੋਈ ਪਾਣੀ ਪੂਣੀ ਗਰੀਬਾਂ ਨੂੰ ਜੇ ਅੱਜ ਪਾ ਦਿਓਗੇ ਤੁਹਾਡਾ ਭਲਾ ਹੋ ਜੂ ਨਵੇਂ ਨਵੇਂ ਨੰਨੇ ਮੁੰਨੇ ਇਹਨਾਂ ਦਾ ਪੂਰਾ ਆਇਚ ਵੀ ਉਹ ਪਾਉਣ ਵਾਲਾ ਬੱਕਰੀ ਦੁੱਧ ਦਿੰਦੀ ਹੈ ਬੱਕਰੀ ਨਹੀਂ ਦੁੱਧ ਦਿੰਦੀ ਭਰਾਵਾ ਪਾਣੀ ਪਾ ਰਹੇ ਆ ਬੱਕਰੀ ਦੁੱਧ ਦਿੰਦੀ ਅੱਛਾ ਵੇ ਠੀਕ ਹੈ ਛੇ ਦਿੰਦੀ ਵੀ ਹੋਵੇ ਦਿੰਦੀ ਆ ਬਈ ਬੱਕਰੀ ਦੁੱਧ ਦਿੰਦੀ ਆ ਕਿਉਂਕਿ ਦੇਖ ਜੇ ਦੇ ਤਾਂ ਠੀਕ ਆ ਲੱਗਦਾ ਤਾਂ ਹੈ ਨਹੀਂ ਯਾਰ ਬੱਕਰੀ ਦੁੱਧ ਦਿੰਦੀ ਹੋਊ ਵੈਸੇ ਬੰਦੇ 5 ਅੱਜ ਆਪਾਂ ਤੇ ਸੌਣਾ ਬੈੱਡ ਆਪਣੇ ਕੋਲ ਛੁੱਟ ਚੱਲ ਮੇਰੇ ਨਾਲ ਸੌਂ ਚੁੱਕ ਜਾਣਾ ਅਜੋ ਤੁਸੀਂ ਸੌਂ ਜਾਓ ਬਈ ਬੈੱਡ ਮੁੱਕ ਗਏ ਤੂੰ ਨਾਲ ਦੇਖ ਲੈ ਸੌਂ ਜਾਏਗਾ ਇਹਨਾਂ ਦੇ ਬਾਈ ਕੀ ਪੜੀ ਆ ਨਾ ਤੜਕੀ ਲੱਗ ਰਿਹਾ ਬਾਈ ਦਾ ਔਖਾ ਬਾਈ ਜੀ ਹੈਲੋ
ਹੈਲੋ ਵੀਰੇ, ਨਾਗਰਾ ਸਾਹਿਬ ਸਾਹਿਬ ਨਾਗਰਾ ਮੁੰਡਾ ਪੜਾਕੂ ਆ ਬਈ, ਢਿੱਡਲ ਜਾ ਦੇਖੀ, ਤੜਕੀ ਪੜਨ ਲੱਗਿਆ ਪਹਿਲੇ ਦੱਸ। ਓਏ ਕੰਮ ਗਾਈਆਂ ਦਾ ਕਰਨਾ ਆ, ਇੱਥੇ ਕਰੇ ਕਿਤਾਬਾਂ ਲੈ ਕੇ ਚੱਲ। ਐਡਾ ਕੰਸੈਂਟਰੇਟ, ਸੁਣਦੇ ਨਹੀਂ ਗੱਲ ਦੱਸ ਰਿਹਾ ਵੀਰ ਜੀ। ਹੈਲੋ, ਗੱਲੀ ਤਿਆਰੀ ਕਰਦਾ ਸੀ। ਓਹੋ ਠੀਕ ਹੈ, ਸਾਨੂੰ ਕਿਉਂ ਨਾ ਨਾ ਕਰੋ, ਠੀਕ ਹੈ ਠੀਕ ਭੁੱਖਾ। ਹੈ ਪੱਲੇ 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 ਗੌਰਵ, ਕੰਕਰੀਟ ਮੈਂ ਪਤਾ ਕਰਦਾ। ਉਹ ਗਿੱਲ, ਹਾਂਜੀ, ਉਹ ਗੌਰਵ ਦਾ ਫੋਨ ਆ ਜਾਂਦਾ, ਕੰਕਰੀਟ ਕਿੰਨਾ ਲੈ ਕੇ ਆਉਣਾ ਕਹਿੰਦਾ। ਕੰਕਰੀਟ ਲਿਆ ਉਹਨੂੰ, ਕਹੇ 50 ਗੱਟੇ ਲਿਆ, ਬਹੁਤ ਆ। ਤੇ ਨਾਲੇ 50 ਗੱਟੇ ਲਿਆ, ਉਹ ਕਹਿੰਦਾ ਯਾਰ 50 ਗੱਟੇ ਰੱਖ ਕੇ ਕਿੱਥੇ ਲਿਆਉ, ਤੇ ਖੂਹ ਬੜੀ ਦੂਰ ਲਾਦਾ ਤੂੰ, ਇਹ ਤਾਂ ਪਾਣੀ ਲਿਆਉਂਦੇ ਮਰ ਜਾ ਕਰਾਂਗੇ। ਖੂਹ ਕਿੱਥੇ ਲੱਗ ਗਿਆ? ਉਹ ਯਾਰ ਨਾਗਰਾ ਸੀ ਓਏ, ਉਹ ਨਹੀਂ, ਮੈਂ ਕਿਹਾ ਪੁਰਾਣਾ ਖੂਹ ਆਪਣਾ, ਇਹ ਪੁਰਾਣਾ ਖੂਹ ਹੈ ਆ ਇੱਥੇ ਵਿਚਾਲੇ ਜੇ ਕੀ। ਓਏ ਓਏ ਕੈਨਸਲ ਕਰਨਾ ਬਾਅਦ ਚ, ਕੋਈ ਨਹੀਂ। ਅੱਛਾ ਆ ਨਾਗਰਾ ਕਹਿੰਦਾ, ਮੈਂ ਹੀ ਲਾ ਕੇ ਦੇਖਦਾ ਪਿਆ ਉੱਤੇ। ਨਹੀਂ ਲਾ ਲਾ ਲਾ, ਆ ਨਾਗਰਾ ਨੇ ਕਿ, ਮੈਂ ਕਿਹਾ ਕਿਤੇ ਫੁੱਟਬਾਲ ਬੁੜਕੀ ਆ। ਓਏ ਹੋਏ ਹੋਏ, ਤਾਲੀ ਵੀਰੇ, ਮੈਂ ਕਹਿੰਦਾ ਸੀ ਆਪਾਂ ਨਾ ਪਵਨ ਚੱਕੀ ਲਾ ਲੈਂਦੇ ਖੂਹ ਨਾਲ ਉਹਦਾ। ਓਏ ਬਾਈ, ਪੌਣ ਚੱਕੀ ਦੇ ਪੈਸੇ ਵੀ ਹੁਣ ਕੋਈ ਦੁੱਧ ਵੇਚਾਂਗੇ, 4 ਰੁਪਏ ਦਾ ਕੰਮ ਕਰਾਂਗੇ, ਹੁਣ ਕਿੰਨਾ ਉਧਾਰ ਮੰਗੀ ਚੱਲ ਗਈ ਤੈਨੂੰ ਪਤਾ, ਹੁਣ ਤਾਂ ਆੜਤੀਆ ਵੀ ਜਵਾਬ ਦੇਣ ਲੱਗ ਗਿਆ। ਫਿਰ ਐਂ ਕਰਦੇ ਆਪਾਂ ਖੂਹ, ਫਿਰ ਇੱਥੇ ਬਾਹਰ ਦੇ ਜਿੱਥੇ ਲਾਉਣਾ ਖੂਹ ਦੱਸ ਦੇ, ਮੈਂ ਉੱਥੇ ਖੂਹ ਇੱਥੇ ਕ ਲਾ ਲਾ। ਇੱਥੇ ਲਾ ਦਈਏ? ਹਾਂ ਇੱਥੇ ਲਾ ਲਾ ਖੂਹ, ਤੇ ਨਾਲੇ ਨਾ ਤੈਨੂੰ ਪਤਾ ਉਹ ਸਬਸਕ੍ਰਾਈਬਰਾਂ ਵਾਲਾ ਘਰ ਵੀ ਬਣਾਉਣਾ ਇੱਕ। ਉਹ ਵੀ ਬਣਾਉਣਾ? ਹਾਂ ਉਹ ਕੋਈ ਨਹੀਂ, ਕਿਆ ਗੱਲ ਕਰ, ਮੈਨੂੰ ਐ ਵੀ ਚਾ ਗਾਂਜਾਂ ਦੀ ਤਾਰ ਤੂਰ ਕੱਢ ਕੇ ਵਿਹਲੇ ਜੇ ਹੋ ਜਾਈਏ, ਫਿਰ ਉਧਰ ਵਗ ਜਾਾਂਗੇ। ਲਿਆਓ ਲੱਕੜਾ ਲਿਆਓ। ਤੁਸੀਂ ਦੂਜਾ ਕਿੱਦਾਂ ਕਰਦੇ ਇਹਨੂੰ, ਸਿੱਧਾ ਤਰੀਕੇ ਨਾਲ ਕਿੱਦਾਂ ਲਾਉਨੇ ਆ? ਭਾਈ ਪਤਾ ਨਹੀਂ ਗਿੱਲੀ ਲਾਉਂਦਾ, ਆਪਾਂ ਤਾਂ ਛੱਡਤੀ ਵੀਲ ਗੱਲ। ਤੋਂ ਘੁਮਾ ਕੇ ਬਈ, ਵੀਲ ਤੋਂ ਘੁਮਾ ਕੇ। ਓਏ ਆਹੋ ਪਟਾਈਨੀ ਸਿੱਧੀ ਤਾਰ ਨੂੰ ਤਾਂ ਕਿੱਦਾਂ ਲਾਤੇ? ਉਹ ਵੀ ਤੈਂ ਕੀ, ਉਹ ਵੀ ਤੈਂ, ਉਹ ਵੀ ਤੈਂ, ਇਹ ਬਾਈ ਨੂੰ ਭਰੋਸਾ ਨਹੀਂ ਹੋ ਰਿਹਾ। ਓਏ ਹਾਏ ਓਏ, ਗੋਬੀ ਕੁਮਾਰ ਗੇਮਿੰਗ ਗਿੱਲ ਹੈਂ, ਗੁਰਕਮਲ ਨਹੀਂ, ਆ ਤਾਂ ਗਲਤ ਲਾਤਾ ਜਮਾਂ ਇੱਥੇ ਤਾਂ ਖੂਹ। ਉਹ ਨਹੀਂ ਨਹੀਂ ਸਹੀ ਹੈ, ਇੱਥੇ ਇੱਥੇ ਪਰ ਨਾਲ ਦੇ ਤਾਂ ਪਾਣੀ ਭਰ ਭਰ ਕੇ ਹੋ ਕੇ ਚੱਲਾਂਗਾ। ਉਹ ਪਾਣੀ ਤਾਂ ਠੀਕ ਆ, ਗੌਰਵ 20 ਕੰਕਰੀਟ ਲੈ ਕੇ ਆਉਣੇ ਆ, 20 ਕੰਕਰੀਟ ਲੈ ਆਵਾਂਗੇ ਟੈਨਸ਼ਨ ਨਾਲ। ਬਈ ਆ ਕੇਜੀ ਲਿਖਿਆ, ਓਏ ਅੰਦਰ, ਓਏ ਅੰਦਰ ਆ ਜਾ, ਅੰਦਰ ਆ ਜਾ, ਓਏ ਅੰਦਰ ਆ ਜਾ, ਤੇਰੇ ਸਿਰ ਚ ਕਣੀਆਂ ਪਈ ਜਾਂਦੀਆਂ, ਆ ਜਾ ਮੰਨ ਲੈ ਮੇਰੀ ਗੱਲ, ਉਹ ਬਿਮਾਰ ਹੋ ਜਾਏਗਾ ਗਰਮ ਸਰਦ। ਆ ਗਿਆ ਆ ਗਿਆ, ਇੱਕ ਤਾਂ ਯਾਰ ਇਹਨੇ ਬੜਾ ਠਿੱਠ ਕੀਤੇ ਮੋਟੇ ਨੇ, ਮੇਰੇ ਜਿੰਨਾ ਐਥਲੈਟਿਕ ਮੋਟਾ ਦੇਖਿਆ ਕਦੇ? ਮੋਟੇ ਗਾਂ ਦੇ ਕੇ ਤੂੰ ਯਾਲ ਜੂਲ ਲਵਾ ਦਿਓ ਖੂਹ ਤੇ, ਮੋਟਾ ਨਾ ਗਾਵਾਂ ਨਿਕਲ ਜਾਣਗੀਆਂ ਛੇੜਨਾ ਦੀ। ਨਹੀਂ ਹਾਏ ਓਏ, ਸੌਂ ਲੱਗੇ ਬਾਲਾ ਲਿੱਤੀ ਜਵਾਕ ਆ ਓਏ, ਦੇਖੀ ਦੇਖ 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 ਬੈਕ ਕੀਤੀ ਇੱਥੇ, ਇੱਕ ਬੰਦਾ ਦੱਸ ਦੋ ਮੈਂ ਬਸ। ਤੂੰ ਹੀ ਆ, ਤੂੰ ਹੀ ਆ। ਨਹੀਂ ਵੀਰੇ, ਮੈਂ ਤਾਂ ਹੁਣ ਪਾਸੇ ਕਰ ਰਿਹਾ ਹਾਂ। ਅੰਦਰ ਵੀ ਤੂੰ ਹੀ ਲਿਆਇਆ ਸੀ ਵੀਰੇ? ਪਾਣੀ ਹੈ ਅੰਦਰ ਤਾਂ ਲਿਆਇਆ ਸੀ ਮੈਂ, ਉਹ ਤਾਂ ਮੰਨ। ਉਹ ਹੁਣ ਗਾਹਾਂ ਕਿਤੇ ਲੈ ਰਿਹਾ? ਲੈ ਕੇ ਆਂਦਾ ਸਿੱਧਾ ਦੁਕਾਨ ਤੋਂ ਹੀ ਲੈ ਕੇ ਆਂਦਾ। ਕੀ ਵੀਰੇ ਫੂਡ? ਦੁਕਾਨ ਤੋਂ ਫੂਡ, ਫੀਡ ਲੈਂਦੀ ਹਾਂ। ਹਾਂਜੀ ਵੀ, ਦੁਕਾਨ ਤੋਂ ਫੀਡ ਲਿਆਂਦੀ ਨਾ, ਉਹ ਪੇੜਾ ਬਣਾਉਂਦੇ ਕਹਿੰਦੇ ਨਾਗਰਿਕ। ਮੈਂ ਕਿਹਾ ਕਿਤੇ ਟੈਸਟ ਕਰਨ ਲੱਗ ਗਿਆ ਸੀ, ਖਾ ਕੇ ਟੇਸਟ ਦੇਖਣ ਲੱਗ ਗਿਆ ਸੀ। ਇੱਧਰ ਹਵਾ ਚੜਨ ਲੱਗੀ ਵਾ। ਹੈ ਗਿੱਲ ਦੀ ਡਰਾਈਵਰੀ ਉੱਠੀਆਂ ਨਹੀਂ ਯਾਰ, ਉੱਠੀਆਂ ਨਹੀਂ, 8 ਵੱਜ ਗਏ। ਇਹ ਤਾਂ ਸਾਲੀ ਬਾਲੀਆਂ ਪਾਬੰਦ, ਇਹ ਭੈਣ ਚ ਫੌਜੀ ਨਾ ਰਹਿ ਕੇ ਤਾਂ ਨਹੀਂ ਆਏ ਕਿਤੇ। ਉਹ ਦੇਖੇ ਉਹ ਆ ਕਿਵੇਂ ਬਣ ਗਈ ਨਾਗਰੇ ਕੰਧ ਜੀ? ਕਿਹੜੀ ਕੰਧ? ਮੈਂ ਤਾਂ ਬਣਾਈ ਨਹੀਂ ਕੋਈ ਕੰਧ। ਓਏ ਮੈਂ ਥੋਥ, ਓਏ ਗਿੱਲਾ ਕੀ ਕਰੀਏ ਨਾ ਯਾਰ, ਚੀਜ਼ ਦੇਖ ਕੇ ਵੀ ਤੁਸੀਂ ਵਿੱਚ ਵੱਜਦੇ ਨਾ ਚੀਜ਼ ਦੇ ਜਾ ਕੇ। ਵਾਹ, ਉਹ ਠਾਤੀਆਂ ਸਾਰੀਆਂ ਗਾਂਜਾਂ ਹੈ ਪਾਗਲ ਜਾ, ਵੀ ਕੀ ਹੋ ਗਿਆ ਬਾਹਰ? ਚਲੋ ਦੁੱਧ, ਚਲੋ ਦੁੱਧ, ਚਲੋ ਨੀਂਦ ਖਰਾਬ ਹੋ ਗਈ ਇਹਨਾਂ ਦੀ। ਲਾ ਦਮਾ ਖੂਹ ਕਰ ਦਮਾ ਨਹੀਂ, ਹਜੇ ਬਈ ਉਹ ਮੈਟਲ ਨਹੀਂ ਹੈਗਾ ਨਾ। ਲਓ ਵੀ ਆਪਾਂ ਤੱਕੜ ਕੇ ਧਾਰਾਂ, ਇਹ ਲਓ ਜੀ। ਚਲੋ ਬਈ ਧਾਰਾਂ ਕੱਢ ਲਓ, ਧਾਰਾਂ ਗਈਆਂ, ਉੱਠ ਖੜੀਆਂ ਬਾਈ। ਓਏ ਹੈਲੋ ਤਾਲੀ ਵਾਲੇ ਬਾਈ, ਓਏ ਕਿੱਧਰ ਗਿਆ ਬਾਈ? ਓਏ ਭੈਣ ਖੰਭੇ ਵੱਜਾ ਮੈਂ ਤਾਂ। ਭਰਾਵਾ ਵਿਹਲੇ ਤੁਸੀਂ ਹੋ, ਮੈਂ ਨਹੀਂ ਭਰਾਵਾ, ਕੰਮ ਲੱਗਿਆ ਪਿਆ ਇੱਧਰ, ਹੁਣ ਕੱਢ ਗਿਆ ਧਾਰਾਂ, ਦੂਜੀ ਦਿਨ ਲੱਗਦੇ ਆ। ਉਹ ਭਰਾਵਾ ਇਹ ਡਰਮ ਫੁੱਲ ਹੋਏ ਪਏ, ਗੌਰਵ ਨੂੰ ਫੋਨ ਕਰਦੇ ਆ, ਡਰਮ ਹੋਰ ਲਿਆਊਗਾ ਨਵੇਂ। ਆ ਪਿਆ ਖਾਲੀ ਡਰਮ, ਖਾਲੀ ਡਰਮ ਚੱਕ ਲੈ ਇਥੋਂ, ਦੋ ਡਰਮ ਭਰ ਜਾਣੇ ਆ ਮੈਂ ਤੁਹਾਨੂੰ ਦੱਸਾਂ। ਓਹ ਹੋ,
ਗੇਟ ਮਗਰੋਂ ਖੋਲਦੇ ਆ, ਬਾਹਰੇ ਭੱਜਣ ਪਹਿਲਾਂ ਆਉਂਦੀਆਂ ਨੇ ਬੱਕਰੀਆਂ। ਉਹ ਬੱਕਰੀ ਬਈ, ਬੱਕਰੀਆਂ ਕੀ, ਗਾਈਆਂ ਵੀ ਐਂ ਕਰਦੀਆਂ। ਚੱਲ ਚੱਲ ਲੈ ਜਾ ਮਸ਼ੀਨ, ਮੈਂ ਕਰ ਦੂੰਗਾ ਗੇਟ ਬੰਦ। ਮੰਦਰ ਹੀ ਚੱਲਦਾ ਓਏ, ਗੇਟ ਮੈਂ ਅੰਦਰ ਜਾਣਾ ਯਾਰ, ਅੰਦਰ ਜਾੜਾ। ਉਹ ਬੱਕਰੀਆਂ ਤਾਂ ਚੜੇ, ਚੱਲ ਜਾੜਾ ਜਾੜਾ ਨਹੀਂ ਹਿਲਦੀ, ਚੱਲ ਕਰ ਦੇ ਬੰਦ। ਚੱਲ ਬਸ ਠੀਕ ਆ। ਉਹ ਦੇਖੀ ਕਿਤੇ ਤੇਰੇ ਬੱਕਰਾ ਜੱਟ ਦੇਖ, ਉਹ ਖੜ ਜਾ, ਮਸ਼ੀਨ ਹੀ ਉਧਰ ਵੱਗ ਗਈ, ਅੰਦਰ ਲੈ ਗਿਆ ਸਾਰਾ ਸਮਾਨ ਹੀ ਉਹ। ਓਹੋ ਕਿੱਧਰ ਗਿਆ ਤਾਂ ਥਣ ਜਾ ਮਸ਼ੀਨ ਦਾ ਦੇਖੀ। ਛੱਡ 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 ਛੱਡ, ਚੱਕਦਾ ਮੈਂ। ਓਏ ਆ ਤੁਸੀਂ ਪਤਾ ਕੀ ਕੀਤਾ ਹੁਣ, ਦੇਖ ਭੋਰੀ ਕਿੰਨੀ ਤਕੜੀ ਹੈ ਹੁਣ, ਪਾਈਪ ਭੈਣ ਤੋਂ ਕੋਈ ਗਾਲ ਨਿਕਲੀ ਸੀ, ਕਿਵੇਂ ਜਾਊਗੀ ਗਾਹਾਂ, ਕੋ ਢੋਲ ਤਾਹ ਰੱਖ ਤੇ ਮੂਰੇ ਸਿਲੇਬ ਲਾ ਤੇ ਕੀ। ਛੋਟਾ ਮੋਟਾ ਸਮਾਨ ਰੱਖਣ ਵਾਸਤੇ ਰੱਖੀ ਸੀ, ਲਾਈ ਸੀ ਵੀ ਟਿਕਟ ਪੱਲੇ ਰੱਖੇ ਜਾਂਦੇ ਆ ਗਾਈਆਂ ਦੇ ਲਾਉਣ ਵਾਲੇ, ਹਾਂ ਟੀਕੇ ਰੱਖੇ ਜਾਂਦੇ ਆ, ਹੋਰ ਐਨ ਬਿਮਾਰ ਬਮੂਰ ਹੋ ਜਾਣੀ ਗਈ। ਓਏ ਬੱਚਾ ਇਹਨੂੰ ਅੱਡ ਕਰ ਗਏ ਯਾਰ, ਇਹਨਾਂ ਨੂੰ ਇੱਕ ਆ ਫਿਰਦਾ ਇੱਕ ਉਧਰ ਆ, ਵੈਸਾ ਹੁਣ ਬੱਚਾ ਕਿੱਥੇ ਉਧਰ ਗਿਆ, ਕੈਂਪਰ ਜੇ ਸਾਈਡ ਤੇ ਰੱਖਦਾ। ਇੱਕ ਹੀ ਸੂਈ ਅਜੇ ਤੱਕ, ਆਹ ਸਵਾਦ ਆ ਗਿਆ ਓ ਤੇਰੀ ਪੈਨ ਵਾਲਿਆ, ਤੂੰ ਜਾ ਤੋਤਾ ਨਹੀਂ ਪੀਗਾ ਡਰਮ ਚ। ਹੈ ਓਏ ਇਹ ਤਾਂ ਦੂਰ ਰੱਖੋ ਓਏ ਮੋਟੇ ਤੋਂ, ਪੀ ਗਿਆ ਹੁਣ ਤਾਂ, ਹੁਣ ਤਾਂ ਪੀ ਗਿਆ, ਹੁਣ ਤਾਂ ਪੀ ਗਿਆ, ਪਹਿਲਾਂ ਦੇਖਣਾ ਸੀ, ਹੁਣ ਤਾਂ ਪਹਿਲਾਂ ਦੇਖਣਾ ਸੀ। ਯਾਰ ਹਾਂ ਦੇਖੀ ਪਿਛਲੀ ਵੱਛੀ ਹੈ ਕਿ ਬੱਚਾ, ਉਹ ਆਹ ਲਈ ਆਉਂਦਾ, ਖਾਲੀ ਕਰਤਾ ਸਾਰਾ ਉਹ ਬਾਈ, ਹੁਣ ਮਾਰਿਆ ਵੀ ਚਲਾ ਕੇ ਉਹ, ਮੈਂ ਕੀ ਦੇਖਾਂ ਕਿਵੇਂ ਦੇਖਾਂ, ਹਜੇ ਕਿਤੇ ਪਤਾ ਲੱਗੂ ਥੱਲੇ ਦਾ ਮੈਂ। ਉਹਨੂੰ ਚੋ ਯਾਰ, ਉਹਨੂੰ ਉਹਦੀ ਲਾ ਐਕਟੀਵੇਟ ਕਰ ਮਸ਼ੀਨ, ਉਹ ਹੁਣ ਉਹ ਐਡੀ ਥੋੜੀ ਦੁੱਧ ਦੇਣ ਲੱਗ ਜੂ ਸਾਲਾ ਹੋਇਆ। ਓਏ ਇਹ ਨਹੀਂ ਯਾਰ, ਜਿਹਦੇ ਲਾ ਰੱਖੀ ਉਹਦੀ ਗੱਲ ਕਰਦਾ ਮੈਂ, ਜਾਂ ਦੂਜੀ ਦੇ ਲਾ, ਦੇ ਤਾਂ ਦੁੱਧ ਪਾਈ ਉਹਨੇ ਪੂਰਾ, ਹੁਣ ਕਿੰਨਾ ਕੁ ਦੇ ਦੇ ਅਗਲੀ, 14 ਗੁਣਾ ਕਿੰਨੇ ਨੇ, 28 ਹੁੰਦੇ ਆ, ਦੋ ਗਈਆਂ ਚੁਈਆਂ ਫਿਰ ਇੱਕ ਰਹਿੰਦੀ ਆ ਹਜੇ। ਯਾਰ ਹੁਣ ਕੀ ਦੇ ਦੇ ਅਗਲੀ, ਮੈਨੂੰ ਇਹ ਨਹੀਂ ਸਮਝ ਆਉਂਦੀ ਤੁਹਾਡਾ। ਓ ਯਾਰ ਤਿੰਨ ਗਾਈਆਂ ਨਹੀਂ ਇਹ, ਹਾਂ ਆ ਦੇਖ, ਉਹ ਇੱਕ ਪਹਿਲਾਂ ਚੱਲ ਚੋਲੀ, ਉਹ ਪਹਿਲਾਂ ਢੋਲ ਚ ਕਿਹੜੇ, ਅੱਛਾ ਉਹ ਚੋਲੀ ਸੀ ਪੁਰਾਣੇ, ਹਾਂ 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 ਇਹ ਚੋਣੀ ਤਾਂ ਮੈਨੂੰ ਵੀ ਸਿਖਾਓ ਯਾਰ ਕੋਈ, ਲੱਗ ਰਿਹਾ ਬਈ ਉਹ ਐਂ ਕਰੀ ਬੰਦ ਕਰ ਦਿਆ ਕਰੋ ਢੱਕਣ, ਤੜਕੇ ਆਈ ਹੁਣ ਮੱਖੀਆਂ ਡੱਗ ਜਾਂਦੇ ਨੇ ਰਾਤ ਨੂੰ ਸ਼ਾਮ ਨੂੰ, ਠੀਕ ਹੈ ਧਿਆਨ ਨਾਲ ਫਿਰ ਦੱਸਾਂਗੇ ਤੈਨੂੰ ਕਿਵੇਂ ਚੋ ਇਹਨੇ ਬੱਕਰ, ਬੱਕਰੀ ਯਾਰ ਬੱਕਰੀ ਦੁੱਧ ਕਿਉਂ ਨਹੀਂ ਦਿੰਦੀ। ਆ ਜਾ ਨਗਰੇ, ਆ ਜਾ ਦੂਜੇ ਪਾਸੇ ਰਹਿੰਦੀ ਗਾਂ ਚੋਣ ਵਾਲੀ ਯਾਰ, ਗਾਂ ਯਾਰ ਜਰੇ, ਚੋਤੀ ਚੋਤੀ ਭਰਾਵਾ ਮੈਂ ਚੋਤੀ ਗਾਂ, ਉਹ ਵੀ ਹੁਣ ਟੱਠਾ ਨਾਲ ਚੋਣ ਬਹਿ ਜਿਓ। ਓ ਨਹੀਂ 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 ਮੇਰੇ ਵੀ ਇੱਧਰ ਲਈ ਕਦੋਂ ਚੋਤੀ ਯਾਰ, ਉਹ ਕੁੰਡਾ ਹੋਲੀ ਮੈਂ ਨਿਮੇੜ ਗਿਆ ਕੰਮ, ਗੇਟ ਤੇ ਕੋਰ ਲੱਗੀ ਖੜੀ ਆ, ਮੈਂ ਚੋ ਗਿਆ ਬਾਈ ਮੈਂ ਚੋ ਗਿਆ, ਕਿਉਂ ਤੁਸੀਂ, ਤੁਸੀਂ ਮੈਨੂੰ ਕਿਉਂ, ਤੁਸੀਂ ਨੂੰ ਐਂ ਲੱਗਦਾ ਵੀ, ਆ ਜਾ ਆਪਾਂ ਕੰਮ ਚੱਲ ਗਈ ਉਧਰ, ਹੁਣ ਸਬਸਕ੍ਰਾਈਬਰ ਹਾਊਸ ਬਣਾਉਣਾ, ਬਥੇਰਾ ਕੰਮ ਹੈ, ਨਾਮ ਵੀ ਲਿਖਣੇ ਅਜੇ, ਆ ਜਾ ਖਾਸ ਮੈਂ ਆ ਜਾ। ਓਏ ਹੈਲੋ, ਤੈਨੂੰ ਨਹੀਂ ਮੇਰੇ ਕੋਲ ਸੱਦਿਆ, ਤੂੰ ਤਾਂ ਕੁਝ ਪਾ ਦੇ ਬਹੋ, ਇੱਕ ਤਾਂ ਭੈਣ ਦੀ ਬੜੇ ਮਾਰ ਲੈਣਾ ਨਾ, ਇਹਨੇ ਬੜੇ ਲੈ ਲਏ ਯਾਰ, ਮੇਰੀ ਗੱਲ ਸੁਣ, ਇੱਥੇ ਆ ਜਾ ਗਿੱਲਾ, ਗਿੱਲ ਔਖਾ ਹੀ ਆ, ਇੱਥੇ ਬਣਾਉਣਾ ਸਬਸਕ੍ਰਾਈਬਰ ਹਾਊਸ, ਨੂੰ ਦੱਸਦਾ ਕਿੱਦਾਂ, ਸੁਣੀ ਚੱਲੀ ਪਹਿਲਾਂ ਮੇਰੀ ਗੱਲ, ਸੁਣ ਤਾਂ ਲੈ ਯਾਰ, ਇੱਥੇ ਇੱਥੇ ਵੱਡੀ ਕੰਧ, ਫਿਰ ਵੱਡੀ ਕੰਧ, ਫਿਰ ਵੱਡੀ ਕੰਧ, ਫਿਰ ਵੱਡੀ ਕੰਧ, ਠੀਕ ਹੈ, ਉਸ ਤੋਂ ਫਿਰ ਤਾਹਾਂ ਲਾਉਣੀ ਆ ਟੇਢੇ, ਅਤੇ ਐਂ ਨੂੰ ਜਿਹੜਾ ਸਾਹਮਣੇ ਵਾਲਾ ਘੇਰਾ ਆਪਾਂ ਖਾਲੀ ਰੱਖਾਂਗੇ, ਵੀ ਜੇ ਆਪਾਂ ਨੂੰ ਇੱਕ ਟੇਢੀ ਨਾ ਲਾਈ, ਇੱਧਰ ਨਾ ਲਾਈ, ਠੀਕ ਹੈ, ਇੱਥੋਂ ਸ਼ੁਰੂ ਕਰਦਾ ਆਹ ਚੁੰਡ ਤੋਂ, ਹਾਂ ਹਾਂ ਚੁੰਡ ਨਹੀਂ, ਚੁੰਡ ਤਾਂ ਯਾਰ ਫਿਰ ਆਪਣਾ ਆਹ ਢਕਾ ਜੀ ਜਾਊ ਨਾ ਇੱਧਰੋਂ, ਇੱਥੋਂ ਚੱਲ ਇੱਥੋਂ ਸ਼ੁਰੂ ਕਰ, ਇੱਥੋਂ ਜੋ ਇੱਥੋਂ ਜੋ ਲੈ ਇੱਕ ਵਾਰੀ ਦੱਸ ਮੈਨੂੰ ਤੇਰਾ, ਚੱਲ ਮੈਂ ਦੱਸਦਾ ਤੈਨੂੰ, ਇੱਕ ਦੂਜਾ ਲਾ ਦੀ ਮੈਂਬਰਸ਼ਿਪ ਹਾਊਸ, ਉਹਨਾਂ ਦੇ ਪਰਮਾਨੈਂਟ ਨਾਲ, ਹਾਂ ਮੈਂਬਰਸ਼ਿਪ ਹਾਊਸ ਦਾ ਮਹੀਨੇ ਵਾਲਾ, ਠੀਕ ਆ, ਜੇ ਕਿਸੇ ਨੇ ਮੈਂਬਰਸ਼ਿਪ ਲੈਤੀ ਬਈ ਤੇ ਉਹ ਉਹਦੇ ਹਿਸਾਬ ਨਾਲ ਨਾ ਲੱਗੂ, ਗੰਜਿਆ ਮੇਰੀ ਗੱਲ ਸੁਣ, ਇੱਧਰ ਕੀ ਪਾਇਆ ਓਏ, ਇੱਥੇ ਮਹਿਮਾਨਾਂ ਲਈ ਹੈ, ਮਹਿਮਾਨਾਂ ਲਈ ਹੈ, ਇੱਥੇ ਭੂਤ ਆਉਂਦਾ, ਬਚ ਤੇ ਰੱਖੀ ਕਿਤੇ ਪੈ ਜੇ ਚੜੇਲ ਮਗਰ ਤੇਰੇ, ਇਹ ਪਹਿਲਾਂ ਦੱਸਣਾ ਸੀ ਫੜਦੇ ਹੀ ਨਹੀਂ, ਲਾਲ ਬਟਨ ਦਾ ਦਬਾ ਦੀ, ਓਏ ਆਹ ਸਾਡੇ ਨਾ ਚਿੱਤਰਾਂ 'ਚ ਦੇ ਦੇ ਬਾਈ, ਆਹ ਕੰਕਰੀਟ ਭੈਣ 'ਚ,
ਮੈਨੂੰ ਪਤਾ ਨੀ ਲਾਲ ਸਾੜੀ ਵਾਲੀ ਨਾਗਰਾ ਬਾਈ ਦੇ ਸਰ ਤੇ ਦੀਂਦੀ ਪੈਂਦੀ ਤੇਰੀ ਮਾਂ ਦਾ ਮਕਲਾਵਾ ਦਿੰਦਾ ਤੇਰੀ ਦਾ ਜਾ ਕੇ ਉੱਥੇ ਕੰਕਰੀਟ ਪਾਇਆ ਲੈ ਲੈ ਹੈ ਤੇਰੀ ਯਾਰ ਇੱਕ ਤਾਂ ਨਾਗਰ ਓਏ ਇਹ ਨਾਗਰ ਤੇ ਦੂਰ ਰੱਖਿਆ ਕਰੋ ਚੀਜ਼ਾਂ ਓਏ ਇਹ ਥੋੜਾ ਜਿਹਾ ਤੈਨੂੰ ਪਤਾ ਖਾਣ ਪੀਣ ਵਾਲੇ ਮਾਮਲੇ ਚ ਨਹੀਂ ਨਹੀਂ ਇਹ ਚ ਤਾਂ ਥੋੜਾ ਜਿਹਾ ਇਹਦਾ ਕੰਟਰੋਲ ਹੈਗਾ ਵੈਜ ਆ ਨਾ ਉਹੀ ਗੱਲ ਤਾਂ ਪਤਾ ਹੈ ਵੈਜ ਵੈਜ ਤਾਂ ਹੀ ਤਾਂ ਦੁੱਧ ਵੀ ਨਹੀਂ ਜ਼ੋਰ ਦਿੰਦਾ ਅੱਛਾ ਹਾਏ ਓਏ ਬਾਕਸ ਟਰੱਕ ਵੀ ਲੈ ਕੇ ਰੱਖਿਆ ਹੈ ਮੁੰਡੇ ਨੇ ਬੱਲੇ ਬੱਲੇ ਭਰਾਵਾ ਇਹ ਆ ਜਿਹੜਾ ਆਪਣੇ ਨਾਲ ਨਹੀਂ ਗਿੱਲ ਵਾਈਟੀ ਕਹਿੰਦੇ ਜਿਹਨੂੰ ਇਹਦਾ ਕੰਮ ਹੈ ਇਹਦੇ ਕਹਿੰਦਾ ਮੈਂ ਲਿਆਉਣਾ ਮੈਨੂੰ ਆਹ ਦਵਾਓ ਮੈਨੂੰ ਆਹ ਦਵਾਓ ਦੱਸ ਕਰੀ ਆ ਜਾਓ ਬਾਈ ਘੇਰਾ ਛੁੱਟੀ ਚਲੋ ਲੱਕੜਾਂ ਬਸ ਹੁਣ ਅੱਛਾ ਉਹ ਐਡੀ ਦੂਰ ਲੈ ਕੇ ਜਾਣੀ ਗੱਡੀ ਗੱਡੀ ਨੇੜੇ ਲੈ ਆਉਂਦੇ ਹਾਏ ਗੱਡੀ ਜੀ ਪਹਿਲਾਂ ਰੱਖਣੀ ਹੀ ਪੈਣੀ ਹੈ ਅੱਛਾ ਖਾਲੀ ਕਰਤੇ ਇੰਨੇ ਦਿੱਤੇ ਸੀ ਵਾਧੂ ਦਿੱਤੇ ਭਰਾਵਾ ਵਾਧੂ ਕੀ ਕਰਨਾ ਚਾਹੁੰਦਾ ਪੂਰੀ ਤਾਂ ਵਾਲੀ ਆ ਗਿਆ ਤੂੰ ਇਹ ਸਬਸਕ੍ਰਾਈਬਰ ਹਾਊਸ ਹੈ ਤਾਂ ਲੱਗਦਾ ਵੀ ਜਿੱਦਾਂ ਉਹ ਫਾਂਸੀ ਨਹੀਂ ਦਿੰਦੇ ਹੁਣ ਤੇ ਪੁਰਾਣੇ ਸਮੇਂ ਚ ਸਾਰੇ ਪਿੰਡ ਦੇ ਮੋਰੇ ਬਸ ਉਹੀ ਦੇਣੀ ਆ ਜਿਹੜਾ ਇੱਧਰ ਉੱਧਰ ਹੋਇਆ ਮਾੜਾ ਮੋਟਾ ਜਿਹਨੇ ਮੈਂਬਰਸ਼ਿਪ ਕੈਂਸਲ ਓਏ ਬਾਲੀ ਉੱਚੀ ਚਲ ਕਰਦੇ ਫਿਰ ਠੀਕ ਹੈ ਓਕੇ ਸਹੀ ਸਹੀ ਹੈ ਸਟੇਜ ਬਣ ਗਈ ਪੂਰੀ ਤਗੜੀ ਮੰਨ ਗੱਲ ਤੂੰ ਹਾਂ ਇੱਥੇ ਲਵਾਉਣਾ ਆਪਾਂ ਬੱਬੂ ਮਾਨ ਦਾ ਖਾੜਾ ਹੁਣ ਤਾਂ ਸੁੱਚਾ ਸੂਰਮੇ ਤੋਂ ਬਾਅਦ ਤਾਂ ਉਹ ਪੈਸੇ ਵਾਲੇ ਮੰਗਣ ਲੱਗ ਗਿਆ ਉਹ ਓ ਬਾਈ ਇਹ ਪਿੱਛੇ ਚੱਲਿਆ ਕਰੂਗਾ ਅੱਜ ਦਿਨ ਹਸ਼ਰ ਦਾ ਲੱਕੜ ਚ ਲੱਕੜ ਵੱਜੀ ਜਦ ਨਾਗਰਾ ਕਿਤੇ ਵਿੱਚ ਆਈ ਤਾਹਾਂ ਦੇਖ ਕਿੰਨਾ ਘੈਂਟ ਬਣ ਗਿਆ ਓ ਥੜੀਆਂ ਕਰਨਾ ਹੋਰ ਮਿਰਚਾਂ ਨੰਗਦੇ ਸਾਈਡ ਤੇ ਥੜੀਆਂ ਹੋਰ ਲੱਗੀਆਂ ਓਏ ਨਾ ਨਾ ਉੱਤੇ ਗਿੱਲ ਕੜਾ ਆਪ ਨਹੀਂ ਨਜ਼ਰ ਲੱਗਣੀ ਫੇਰ ਠੀਕ ਆ ਫਰਕ ਨਹੀਂ ਨਾ ਚ ਓ ਨਹੀਂ ਫਰਕ ਖਾਸਮਾ ਉਹ ਤੂੰ ਬਸ ਨਾ ਤੂੰ ਕਰਦੇ ਕੋ ਨਾ ਕੁਛ ਯਾਰ ਉੱਥੇ ਨਾਂ ਵੀ ਲਿਖਣੇ ਆ ਉਹ ਤਾਂ ਸਿੱਧੀਆਂ ਨੇ ਨਾ ਛੱਤਾ ਛੁੱਤਾ ਪਾ ਦੇ ਮੇਰਾ ਭਰਾ ਜੇ ਪਾ ਦੇਗਾ ਅੱਜ ਆ ਥੋੜਾ ਪਾਣੀ ਐਂ ਰੱਖਣਾ ਖੁੱਲਾ ਆ ਕੀ ਐਂਟਰ ਟੈਕਸਟ ਯੂਜ਼ਿੰਗ ਕੀਵਰਡ ਹਾਂ ਹਾਂ ਨਾਂ ਲਿਖਾਂਗੇ ਨਾ ਇੱਥੇ ਹਾਂ ਮੇਰੀ ਗੱਲ ਸੁਣ ਇੱਕ ਔਲਖ ਬਾਈ ਜੀ ਹਾਂਜੀ ਇੱਕੋ ਰਿਕੁਐਸਟ ਆ ਦੋਨੇ ਹੱਥ ਬੰਨ ਕੇ ਦੋਨੇ ਹੱਥ ਬੰਨ ਕੇ ਅਰਜਾਂ ਗੁਜ਼ਾਰ ਦੀ ਉਹ ਕੰਮ ਨਾ ਵੀ ਬਾਈ ਬਣ ਕੇ ਕੱਲ ਵਾਲਾ ਕੰਮ ਨਾ ਕਰੀ ਸਾਡੇ ਨਾਲ ਟਾਟਾ ਨਾ ਲਿਖ ਚਲੀ ਨਹੀਂ 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 ਕੋਈ ਕਰਦਾ ਮੈਂ ਕੋਈ ਆ ਤੈਨੂੰ ਨਹੀਂ ਤੈਨੂੰ ਜਗ੍ਹਾ ਦੇ ਦੇਾਂਗੇ ਵੀ ਆ ਦੇਗਾ ਇੱਥੇ ਲਿਖੀ ਚੱਲ ਜੋ ਵਰਜੀ ਕਿਤੇ ਕੱਲ ਕਿਤੇ ਮੈਂ ਲਿਖ ਕੇ ਜਾਇਆ ਕਰਾਂ ਅਗਲੇ ਮੈਨੂੰ ਕਹਿੰਦਾ ਬਈ ਯਾਰ ਤੂੰ ਤੁਹਾਡਾ ਨਾਂ ਹੀ ਨਹੀਂ ਲਿਖਿਆ ਮੈਂ ਕਿਹਾ ਮੈਂ ਉਹ ਫਿਰ ਹੋ ਜਾਂਦਾ ਕਈ ਵਾਰੀ ਅੱਜ ਨਹੀਂ ਕਰਦੇ ਕੋਈ ਨਹੀਂ ਗਲਤੀ ਦਾ ਮਿਸਟੇਕ ਹੋ ਜਾਂਦੀ ਹੈ ਕਈ ਵਾਰ ਕਰ ਲਈ ਗਲਤੀ ਸੇਮ ਮਿਸਟੇਕ ਓਹੋ ਗਿਲਕ ਮੈਂ ਟੋਟਲ ਗਿਣਾ ਕਿੰਨੇ ਬੰਦੇ ਆ ਬਸ ਅੱਜ ਇੱਕ ਮਿੰਟ ਨਾ ਬਈ ਇੱਕ ਮਿੰਟ ਆਪਾਂ ਚੈੱਕ ਕਰ ਲਈਏ ਅੱਧੇ ਕੁ ਨਾ ਅੱਜ ਲਿਖ ਦਿੰਦੇ ਹਾਂ ਅੱਧੇ ਕੁ ਫਿਰ ਕੱਲ੍ਹ ਲਿਖ ਦਿਆਂਗੇ ਨਾ ਬਾਕੀ ਸਾਰੇ ਬਾਈਆਂ ਨੂੰ ਮੌਕਾ ਦੇਣਾ ਆਪਾਂ ਇਕੱਲਾ ਨਹੀਂ ਵੀ ਮੈਂ ਇੱਥੇ ਪ੍ਰਧਾਨ ਬਣਨਾ ਨਾਗਰੇ ਬਾਈ ਦੇ ਕਹਿੰਦੇ 25 ਕੁ ਮਿੰਟ ਆਏ ਵੀ ਨਾਂ ਲਿਖਣੇ ਨਹੀਂ ਨਹੀਂ 25 ਦੇ ਟੋਟਲ ਨਹੀਂ ਆਉਂਦੇ ਮਹੀਨੇ ਚ ਮੇਰੇ ਉਹ ਤੋਂ ਗੁੜਤੀ ਲੈ ਕੇ ਨਾ ਮੈਂ ਪਾਉਣਾ ਮੈਂ ਔਲਕ ਹੁੰਦਾ ਨਾਲ ਇਹਨੂੰ
ਇਹਨੂੰ ਨਾਲ ਲਾਉਣਾ ਮੈਂ ਵੀ ਕਰਦਾ ਫਾਰਮ ਸ਼ੁਰੂ ਇੱਕ ਬਿਲਕੁਲ 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 ਬਾਈ ਜ਼ਰੂਰੀ ਆ। ਦੇਖੀ ਬਾਈ ਸਿਰ ਠੀਕ ਆ, ਗੋਡਾ ਵਜਿਆ ਮੇਰਾ ਉਹਦੇ ਸਿਰ 'ਚ ਵਿਚਾਰੇ ਦੇ। ਨਾ ਕੋਈ ਗੱਲ ਨਹੀਂ, ਆਦਤ ਤਾਂ ਮੈਨੂੰ ਤਾਂ ਕੁੱਟ ਖਾਣ ਦੀ। ਪੱਕ ਗਿਆ ਉਹ ਮਾੜੀ ਮੋਟੀ ਕੋਈ ਵਧੀਆ ਸੋਹਣਾ ਜਿਹਾ ਬਣਾ ਦੇ ਭੈਣ ਜੇ ਤਾਂ ਉਹ ਟਾਉਣ ਕੀ ਲੱਗੀ ਹੈ ਨਾ। ਹੈਲੋ ਗੰਦ ਪਾਈ ਜਾਂਦਾ ਤੂੰ ਭੈਣ, ਗਾਲ ਕੱਢਦਾ ਉਹਨੂੰ। ਆਪਾਂ ਲਾਉਣੀਆਂ ਨੇ ਫੱਟੀਆਂ ਜਾਂ ਹੋਰ ਕਿਆ? ਨਾ ਲਾਈ ਲਾਈ ਚੱਲੋ ਆਪਾਂ, ਜਿੰਨੇ ਹਰੇ ਦਿੰਦੇ ਆਪਾਂ ਫੱਟੀਆਂ ਹੀ ਨੇ ਬਸ। ਇਹ ਤਾਂ ਮੈਨੂੰ ਐਂ ਲੱਗਦਾ ਵਧੀ ਜਾਂਦੀਆਂ ਨੇ। ਪਾਣੀ ਪੂਣੀ ਨਹੀਂ ਬਾਈ, ਫਿਰ ਮੈਂ ਤੈਨੂੰ ਇਹ ਪੁੱਛਦਾ ਸੀ ਫਿਰ ਐਡੀ ਸਟੇਜ ਲਾਉਣ ਦੀ ਕੀ ਲੋੜ ਸੀ? ਚੱਲ ਠੀਕ ਹੈ ਇੱਕ ਮਿੰਟ, ਮੈਨੂੰ ਹੁਣ ਗਿਣ ਲੈ ਕਿੰਨੇ ਹੋ ਗਏ। ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ, ਨੌ ਇੱਕ 'ਚ ਨੇ ਠੀਕ ਹੈ, 18 ਅਤੇ 27 ਅਤੇ 9 36 ਅਤੇ 9 45 ਅਤੇ 9 54 ਅਤੇ 9 63 ਅਤੇ 9 72, 72 ਇਹ ਹੋ ਗਏ ਅਤੇ 4 76 ਹੋ ਗਏ, 72 76 ਹੋ ਗਏ ਅਤੇ 80 80 ਅਤੇ 4 84 84 ਹੋ ਗਏ ਠੀਕ। ਆਏ ਹਾਏ ਹਾਏ ਗਿੱਲ ਵਾਈ ਟੀ ਵੇ, ਗਿੱਲ ਵਾਈ ਟੀ ਤੂੰ ਤਾਂ ਸਿਰ ਹੈ, ਗੱਲ ਤਾਂ ਸਾਡੀ ਹੈ। ਨਾਗਰਾ ਫੇਰ ਕਿਤਾਬ ਖੋਲ ਕੇ ਖੜ ਗਿਆ, ਮੈਂ ਦੇਖਦਾ ਸਾਰਾ ਕੁਛ ਹੀ ਕੀ ਰਹੀ ਪਿਆ ਤੇ ਕੀ ਰਹੀ ਕੀ ਪਿਆ। ਹਾਏ ਓਏ ਕੀ ਗੱਲ, ਗਿੱਲ ਤੇ ਯਕੀਨ ਨਹੀਂ? ਨਹੀਂ ਗੱਲ ਨਹੀਂ ਨਹੀਂ। ਹਾਏ ਓਏ ਤੈਨੂੰ ਪਤਾ ਗਿੱਲ ਆਪਾਂ ਉਹ ਜਿੱਧਰ ਰਾਤ ਘੁੰਮੀ ਗਏ ਹਾਂ, ਮੱਥਾ ਮਾਰੀ ਗਏ ਹਾਂ, ਉੱਥੇ ਲਾਈਟਾਂ ਲੱਗ ਸਕਦੀਆਂ, ਟਿਊਬ ਲਾਈਟਾਂ। ਹਾਂ ਵੀਰੇ ਮਤਲਬ ਇਨਕੰਪੀਟੈਂਟ ਜਾਣ ਕੇ ਹੀ ਹੈ ਬਈ। ਇਹਦੇ ਵਿੱਚ ਕੰਕਰੀਟ ਵੀ ਚਾਹੀਦਾ ਤੇ ਮੈਟਲ ਵੀ ਚਾਹੀਦਾ। ਚਲੋ ਕੋਈ ਚੱਕਰ ਨਹੀਂ। ਇੱਕ ਕੀ ਨਾਮ ਆਪਣਾ? ਗੌਰਵ। ਕੰਕਰੀਟ ਲੈ, ਗੌਰਵ ਤੇ ਮੈਟਲ ਲੈ। ਹਾਂਜੀ ਹਾਂਜੀ ਬਈ, ਕੰਕਰੀਟ ਬਚਾ ਹੋਇਆ ਕੰਕਰੀਟ ਜਹਾਂ ਲੈ ਕੇ ਆਓ, ਔਰ ਮੈਟਲ ਬੇਟਾ ਜਲਦੀ ਸੀ ਲੈ ਕੇ ਆਏ ਬਈ। ਨਹੀਂ ਇੱਧਰ ਪਾਓ ਪਹਿਲਾਂ ਪਲੈਂਕ ਆਪਣੇ ਨਾਂ ਲਿਖਣ ਵਾਲੇ ਚ, ਘੱਟੋ ਘੱਟ ਅੱਜ ਅੱਧੇ ਕੇ ਨਾਂ ਤਾਂ ਤੇਰੀ ਭੈਣ। ਗੌਰਵ ਬਈ ਕੌਣ ਸਾ ਕੀੜਾ ਬਈ, ਮੇਰੀ ਗਲਤੀ ਨਹੀਂ ਹੈਗੀ, ਆਪਣੇ ਆਪ ਇਹੋ ਜੀ। ਹੁਣ ਮੇਰੀ ਗੱਲ ਸੁਣ ਠੀਕ ਆ, ਜਦੋਂ ਹੁਣ ਮੈਟਲ ਲੈਣ ਜਾਏਗਾ ਨਾ ਮੇਰਾ ਭਰਾ ਦੁਕਾਨ ਤੇ, ਉਹਨੂੰ ਕਹਿ ਨਹੀਂ ਕਹਦੇ ਵੀਰੇ ਥੋੜਾ ਜਿਹਾ ਸਾਨੂੰ ਕੀ ਕਹਿ ਕੀ ਹਾਂ ਇੱਕ ਇੱਕ ਬੈੱਡ ਦੇ ਦੇ, ਕਹਦੇ ਸਾਨੂੰ, ਕਹਿੰਦੇ ਸਾਡੇ ਰਿਸ਼ਤੇਦਾਰ ਆਇਆ ਘਰੇ। ਮੈਟਲ ਤਾਂ ਮੈਂ ਲੈ ਕੇ ਆਇਆ ਹੋਇਆ ਬਈ ਬਾਲਾ। ਚੱਲ ਮੈਟਲ ਦੇ ਇੱਕ ਮਿੰਟ, ਇੱਕ ਰੋਗਲਾ ਰੋਗਲਾ ਮੈਟਲ ਮੈਂ ਲਾ ਦੇਣਾ ਠੀਕ ਹੈ। ਅਤੇ ਆਹ ਜਿਹੜਾ ਤੈਨੂੰ ਮੈਂ ਕੰਮ ਕਿਹਾ ਨਾ, ਹਾਂਜੀ ਮੇਰਾ ਵੀਰ ਜਾ ਕੇ ਕੰਕਰੀਟ ਚੱਕ ਲਿਆ। ਹਾਂ ਹਾਂ ਕਿ ਕੰਕਰੀਟ ਵੀ ਜ਼ਿਆਦਾ ਲੈ ਕੇ ਆਇਆ ਸੀ ਤੂੰ? ਕੰਕਰੀਟ ਵੀ ਹੈਗਾ, ਕੰਕਰੀਟ ਹੈਗੀ ਹੁੰਦੀ ਹੈ, ਹੈਗਾ ਨਹੀਂ ਹੁੰਦਾ। ਕਿੱਧਰ ਲਾਹੀ ਜਾਂਦਾ ਉਹ, ਕਿੱਧਰ ਲਾਹੀ ਜਾਂਦਾ, ਪਾ ਦਿੱਤਾ ਹੁਣ ਬਈ ਇਹਨੂੰ ਵੀ ਰੱਖ ਦਿੰਦੇ ਆ ਇੱਥੇ, ਚੱਕ ਲਾ ਟਰੱਕ ਦੇ ਵਿੱਚ ਜਾ ਕੇ ਲੈ ਕੇ ਜਾਈ ਜਾਂਦਾ। ਕੰਕਰੀਟ ਪਾਤਾ, ਕੰਕਰੀਟ ਪਾਤਾ, ਕੰਕਰੀਟ ਪਾਤਾ ਯਾਰ, ਡਬਲ ਮਿਹਨਤ ਜ਼ਰੂਰੀ ਆ। ਵੁੱਡ ਰਹੀ ਗੱਲੀ ਬਸ, ਵੁੱਡ ਪਾਓ ਇਹਨਾਂ 'ਚ ਹੁਣ। ਉਹ ਇਹਨਾਂ ਨੂੰ ਬਾਅਦ 'ਚ ਲਾਈ ਯਾਰ, ਮੂਹਰ ਵਾਲੇ ਸਾਨੂੰ ਲੰਘਣਾ ਔਖਾ ਹੁੰਦਾ, ਅੱਗੇ ਲਾ ਪਹਿਲਾਂ। ਹੁਣ ਨਗਰਾ ਆਹ ਦਾ ਨਗਰਾ ਟਰੱਕ ਲਈ ਟੈਣ ਲੈਣ ਬਸ, ਜੇ ਨਹੀਂ ਪਹੁੰਚੇਗਾ ਹੁਣ ਜੇ ਨਾ ਚੱਲਿਆ ਮੈਨੂੰ ਦੱਸ ਦੀ, ਫਿਰ ਟੈਸਟ ਡਰਾਈਵ ਮੈਂ ਵੀ ਲੈ ਕੇ ਦੇਖ ਲੂੰ। ਆ ਗਿਆ ਉਹ, ਚੱਕੋ ਮੇਰੀ ਗੱਡੀ ਤੋੜਤੀ ਬਈ ਨਾਗਰਾ ਬਾਈ ਨੇ। ਖਤਰੇ ਤੋਂ ਛੱਡ ਤੇ ਆ ਯਾਰ,
ਓਏ ਹੋਏ ਹੋਏ ਪੌਦਾ ਜੀ ਪੌਦਾ। ਸੋਹਣੇ ਬਣ ਗਏ। ਹਾਂ ਪਹਿਲਾਂ ਸਬਸਕ੍ਰਾਈਬਰਾਂ ਦੇ ਨਾਲ ਆ ਪਾ ਲਓ, ਮੈਂ ਕਹਿੰਦਾ ਜੇ ਉਹ ਕਰਨਾ ਤੁਸੀਂ ਕਦੇ ਲੱਕੜ ਘਾਟ ਜੇ ਮੁੜ ਕੇ ਗੌਰਵ ਤੋਂ ਦਰਖਤ ਹੀ ਬਣਾਈ ਜਾਣੇ। ਓ ਬਾਈ ਗਿੱਲ ਦੇ ਲੱਕੜ ਸੱਟ ਦੇ। ਹਾਂ ਬਾਈ। ਓ ਯਾਰ ਓਏ ਕਿੱਧਰ ਗਿਆ ਹੋ? ਓਪੇ ਮੈਂ ਤਾਂ ਓਏ ਓਪੇ ਚਲੋ ਖੜਾ ਰਹਿਣ ਦੇ ਹੁਣ ਉੱਥੇ ਉਹਨੂੰ। ਆਪਣੇ ਕੋਲ ਬਹੁਤ ਨੇ, ਨਹੀਂ ਜਾਣਾ ਕਿੱਥੇ ਅਸੀਂ? ਆ ਜਾਓ ਮੁੰਡੇ ਹੁਣ ਵਾਪਸ, ਅਸੀਂ ਕੁਛ ਨੀ ਕਹਿੰਦੇ ਤੁਹਾਨੂੰ, ਮੁੰਡੇ ਵਾਪਸ ਇਧਰੋਂ। ਮੀਂਹ ਪੈਣ ਵਾਲਾ ਹੋਇਆ ਪਿਆ, ਆ ਜਾਓ ਚਾਰ ਅੱਖਰ ਲਿਖ ਦਿਓ ਗਰੀਬਾਂ ਦੇ ਨਾਂ ਦੇ। ਜਿੱਥੇ ਤੂੰ ਜਾਈਦਾ ਹੁਣ ਮੇਰਾ ਤਾਂ ਸਿਰ ਘੁੰਮਣ ਲੱਗ ਗਿਆ। ਐ ਲੋਟਰੀਆਂ ਪਤਾ ਕਿਵੇਂ ਖਾਧੀਆਂ ਉਹਨੇ? ਗੌਰਵ ਨੂੰ ਤਾਂ ਪਤਾ, ਉਹ ਦੇਖੀ ਆਉਂਦਾ ਵੀ ਰਗੜਦਾ ਹੀ ਆ, ਇੱਕ ਲੱਕੜਾ ਚੱਕੀ ਉਹਦੇ ਵਿੱਚ। ਹੋਰ ਇਹ ਜਦੋਂ ਟਰੱਕ ਡਿੱਗਿਆ ਵਿੱਚੋਂ ਨਿਕਲ ਕੇ ਡਿੱਗ ਗਈ ਇੱਕ, ਰਸਤਾ ਰਸਤਾ ਹੈਗਾ ਹੈਗਾ ਮੇਨ ਗੇਟ ਆਪਣੇ ਘਰ ਨੂੰ, ਮੇਨ ਗੇਟ ਮੇਨ ਗੇਟ। ਓਹੋ ਬਹੁਤ ਔਖਾ ਹੈ ਬਈ ਆ ਸਬਸਕ੍ਰਾਈਬਰ ਵਾਲਾ ਨਾਂ ਲਿਖਣਾ, ਤਾਂ ਲਿਖਾਂਗੇ ਗੱਲ ਕਰ ਕੋਈ ਨਾ, ਜੱਟਾ ਕਰਾਂਗੇ। ਹਾਲ ਚਾਲ ਤਾਂ ਪੁੱਛ ਲਓ, ਮੈਂ ਲੋਟਰੀਆਂ ਖਾ ਕੇ ਆਇਆ। ਹੋਰ ਸੈੱਟ ਸੈੱਟ ਆ ਬਈ ਸੈੱਟ ਆ। ਹਾਏ ਤੈਨੂੰ ਓਆਰਐਸ ਬੁਲਾਉਣਾ ਪੈਣਾ, ਪੈਰਾਸੀਟਾਮੋਲ ਦੀ ਗੋਲੀ ਬੜੀ। ਬਾਕੀ ਹੋਰ ਠੀਕ ਆ ਬਾਈ ਦਾ? ਕਈ ਵਾਰ ਨਾ ਟੋਟਲ ਜਨਾ ਬੱਜੇ ਕਿਉਂਕਿ ਸਕ੍ਰੈਚ ਪੈ ਜਾਂਦਾ। ਹੋਰ ਹਾਏ ਹੋਏ ਸ਼ਾਈਨ ਖਤਮ ਹੋ ਜਾਂਦੀ। ਲਓ ਜੀ ਚਲੋ ਮੁੰਡੇ ਕਹਿੰਦੇ ਫਾਈਨਲੀ। ਤੇ ਬਾਈ ਹੁਣ ਜਿਹੜੇ ਵੀ ਬਾਈ ਨੇ ਕਾਰਾਗਿਰੀ ਕਰਨੀ, ਆ ਜਾਓ ਮੈਂ ਤੁਹਾਨੂੰ ਦੱਸਾਂ ਠੀਕ ਹੈ। ਇੱਕ ਜਣਾ ਤਾਂ ਇੱਥੋਂ ਕਰ ਸਕਦਾ ਕਾਰਾਗਿਰੀ, ਠੀਕ ਹੈ ਇੱਧਰੋਂ ਲੱਗ ਜਾਓ ਇੱਕ ਜਣਾ ਉੱਪਰ ਤੱਕ, ਇਹਨੂੰ ਪੱਟਣ ਨਾਲ ਲੱਗ ਜਾਓ, ਨਾਂ ਲਿਖਣੇ ਆ ਤੁਸੀਂ ਠੀਕ ਹੈ। ਤੇ ਚਲੋ ਗੌਰਵ ਦਾ ਤਾਂ ਕੋਈ ਹੈ ਨਹੀਂ, ਆਪਾਂ ਹੀ ਆ ਚਾਰੇ, ਹੈ ਨਾ। ਲਓ ਬਈ ਲਾਈਨ ਲੱਗ ਲਓ ਬਈ, ਜਿੱਥੇ ਨਾ ਕਰੇ ਤੁਸੀਂ ਲਿਖਣਾ ਚਾਹੁੰਦੇ ਹੋ ਤੇ ਮੈਂ ਲਿਖਦਾ ਇੱਧਰ, ਤੇ ਮੈਂ ਲਿਖਣ ਲੱਗਿਆ ਮੈਂ ਕਮੈਂਟ ਕਰਦਾ ਯੂਟਿਊਬ ਤੋਂ ਬਣਾਦਾ ਸਬਸਕ੍ਰਾਈਬਰ ਹਾਊਸ ਹੈ, ਲਿਖਤਾ ਨਾ ਕਰੇ ਬਈ ਲਿਖਣ ਲੱਗੇ ਬਈ ਆਪਾਂ ਪਹਿਲਾ ਨਾਮ ਬੈਕ ਲਿਖਣਾ ਦਿਲਜੋਤ ਗੇਮਰ ਲੈ ਬਈ ਆਪਾਂ ਦਾ ਸਿੰਘ ਬਾਈ ਨੇ ਕੱਲ ਸੁਪਰ ਚੈਟ ਕੀਤੀ ਬਹੁਤ ਤਕੜੀ ਜਾਂ ਉਹ ਚਾਲੇ ਕਰਕੇ ਪਾ ਬਈ ਬਈ ਜਿੱਥੇ ਮਰਜ਼ੀ ਪਾ ਦਿਓ ਬਈ ਨਾ ਪਾ ਦਿਓ ਸਾਰਿਆਂ ਦੇ। ਉਦੋਂ ਬਾਅਦ ਪਾਉਣਾ ਕਹਿੰਦਾ ਸਿਰਾ ਭਾਜੀ, ਇਹ ਤੂੰ ਸਿਰਾ ਭਾਜੀ ਨਹੀਂ ਪਾ ਸਕਦੇ, ਸਿਰਾ ਜੀ ਸਿਰਾ। ਰਾਜਦੀਪ ਸਿੱਧੂ ਗੁਰਰਾਜ ਗੁਰ ਰਾਜ ਸਿੰਘ ਆਏ ਹਾਏ ਹਾਏ। ਲਓ ਜੀ ਮੇਰੇ ਵੀਰੋ ਨਾਂ ਤੁਸੀਂ ਆਪੇ ਪਛਾਣਨੇ ਵੀ ਕਿੱਥੇ ਨੇ ਤੁਹਾਡੇ ਠੀਕ ਹੈ। ਉਸ ਤੋਂ ਬਾਅਦ ਗੁਰਨੂਰ ਰਣ ਯੋਧ ਸਿੰਘ, ਉਸ ਤੋਂ ਬਾਅਦ ਗੁਰਜੀਤ ਅਭੀ ਜੋਤ ਮੁਲਤਾਨੀ ਹੈ, ਉਸ ਤੋਂ ਬਾਅਦ ਹਮਰਾਜ ਹਮਰਾਜ। ਲਓ ਜੀ ਆ ਨੌ ਨਾਂ ਲਿਖਿਆ, ਨੌ ਹੀ ਲਿਖਣੇ ਹਜੇ ਤਾਂ। ਉਸ ਤੋਂ ਬਾਅਦ ਆਏਗੇ ਕਹਿੰਦੇ ਬਾਈ ਨਾਂ ਲਿਖੇਂਗੇ ਲਾਵਿਸ਼ ਅਭੀ ਜੋਤ ਧਾਲੀਵਾਲ ਅਰਮਾਨ ਨਵ ਧਾਲੀਵਾਲ ਪ੍ਰਭ ਜੋਤ ਗੌਰਵ ਏਕਮ ਗੌਰਵ ਬੱਬੂ ਸਿੰਘ ਹੈ ਅਭੀ ਜੋਤ। ਬਾਈ ਦੋ ਤਿੰਨ ਲਿਖਤੇ ਯਾਰ, ਬਸ ਆਪਣੇ ਆਪ ਨੂੰ ਆਪ ਹੀ ਮੰਨ ਲਿਓ। ਤੇ ਇੱਕ ਹਰਜਿੰਦਰ ਲਿਖ ਦਿੰਦੇ ਠੀਕ ਹੈ ਹਰਜਿੰਦਰ। ਤੇ ਉਸ ਤੋਂ ਬਾਅਦ ਹਰਨਵ 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 ਲਿਖਣਾ ਇੱਕ
ਹਰਨਵ ਹਰਨਵ ਇਹ ਤਾਲੀ ਵਾਲਾ ਵੀ ਲਿਖਿਆ ਨਹੀਂ ਜਾਣਾ ਕਿਉਂਕਿ ਇੰਨੀ ਸਪੇਸ ਨਹੀਂ ਹੈ ਇੱਥੇ, ਪਰ ਇਕੱਲਾ ਹਰਨ ਵੀ ਲਿਖਾਂਗੇ ਤੇ ਇੱਕ ਲਿਖਾਂਗੇ ਅਸ਼ਮੀਤ, ਉਸ ਤੋਂ ਬਾਅਦ ਲਿਖਣਾ ਅਰਮਾਨ ਸੁਖਮਨ। ਮੈਨੂੰ ਯਾਰ ਇੱਕੋ ਪਸਤੌਲ ਜਿਆ ਦਵਾ ਦੋ ਬਾਕੀ ਸਾਰੇ। ਨਹੀਂ ਨਹੀਂ ਵੀਰੇ ਵਧੀਆ ਵਧੀਆ। ਨਹੀਂ ਵੀਰੇ ਅਜੀਤ ਅਜੀਤ ਕਹੀ ਜਾਣਾ ਆਪਣੇ ਔਲਖ ਬਈ। ਹਾਂਜੀ ਇਹਨਾਂ ਦੇ ਸਾਰੇ ਦੇ ਨਾਂ ਦੇ ਕੰਮ ਜਿਹੜੇ ਮੈਨੂੰ ਦੇਖਦੇ ਆ ਇਹਨਾਂ ਦੇ ਨਾਂ ਚੈੱਕ ਨਾਕਰੇ ਵਾਲੀ ਫੀਲਡ ਕਿਹੜੀ ਆ? ਆਹੀ ਆ ਦੋ ਲੈਂਦੇ ਜਿਹੜੀ ਥੱਲੇ ਜਿਹੜੇ ਤੈਨੂੰ ਨਾਂ ਲੱਗਦੇ ਨਾ ਵੀ ਇਹ ਨਾਂ ਨੇ ਕਿ ਕੀ ਨੇ, ਬਸ ਉਹੀ ਹੈ। ਅੱਛਾ ਡਿਜੀਟਲ ਡੋਸਾ ਠੀਕ ਹੈ ਨਾ, ਬਹੁਤ ਤਗੜਿਆ। ਸਮੋਸਾ ਸਿੰਘ ਰਾਜਵੀਰ ਹਰਜੋਤ ਕੀ ਦੱਬ ਕੇ ਫਿਰ ਲਿਖਦੇ ਹਰਸ਼। ਲਓ ਜੀ ਮੁੰਡਿਓ ਅੱਜ ਦੇ ਇੰਨੇ ਹੀ ਨਾਂ ਬਹੁਤ ਆ ਠੀਕ ਹੈ, ਅਤੇ ਤੁਹਾਨੂੰ ਦਿਖਾ ਦਿੰਦੇ ਹਾਂ ਦੂਰੋਂ, ਅਤੇ ਕੱਲ੍ਹ ਨੂੰ ਇਹਦੇ 'ਤੇ ਹੋਰ ਕੋਈ ਚੀਜ਼ਾਂ ਅਸੀਂ ਕਰਾਂਗੇ ਸੋਚ ਰਹੇ ਹਾਂ, ਕਿਉਂਕਿ ਨਾਂ ਤੁਹਾਡੇ ਬਹੁਤ ਹੋ ਜਾਣੇ। ਮੈਨੂੰ ਲੱਗਦਾ ਇਹ ਸਾਨੂੰ ਵੱਡਾ ਕਰਨਾ ਪੈਣਾ, ਸਬਸਕ੍ਰਾਈਬਰ ਹਾਊਸ ਨਹੀਂ, ਇੱਥੇ ਸਬਸਕ੍ਰਾਈਬਰ ਹਾਊਸ ਨਹੀਂ, ਇੱਥੇ ਕਮੈਂਟ ਵਾਲਾ ਦਾ ਲਿਖਣਾ ਸੀ ਯਾਰ। ਜ਼ਿਆਦਾ ਦੂਰੋਂ ਨਹੀਂ ਅਸੀਂ ਦਿਖਾ ਸਕਦੇ ਕਿਉਂਕਿ ਜ਼ਿਆਦਾ ਦੂਰੋਂ ਸਾਨੂੰ ਆਪ ਨੂੰ ਵੀ ਨਹੀਂ ਦਿਖਦੇ। ਚਲੋ ਮੁੰਡਿਓ ਮਿਲਦੇ ਹਾਂ ਤੁਹਾਨੂੰ ਅਸੀਂ ਨੈਕਸਟ ਵੀਡੀਓ 'ਚ, ਜਿਉਂਦੇ ਤੇ ਵਸਦੇ ਹੱਸਦੇ ਖੇਡਦੇ ਰਹੋ, ਤੇ ਆਪਣੇ ਨਾਂ ਪਛਾਣ ਲਿਓ ਤੇ ਦੱਸਿਓ ਵੀ ਕਿੱਥੇ ਕਿੱਥੇ ਲਿਖੇ ਤੁਹਾਡੇ ਨਾਂ, ਨਾ ਕਿੰਨਵੇਂ ਨੰਬਰ 'ਤੇ, ਚਲੋ ਅਸੀਂ ਦੇਖਦੇ ਤੇ ਜਿਹੜੇ ਰਹਿ ਗਏ ਉਹ ਕੱਲ੍ਹ ਨੂੰ ਲਿਖਾਂਗੇ। ਜੇ ਹੋਰ ਵੀ ਸਾਨੂੰ ਜਗ੍ਹਾ ਚਾਹੀਦੀ ਆ ਉੱਥੇ ਵੀ ਲਿਖਾਂਗੇ, ਅਜੇ ਬਣਾਉਂਦੇ ਹਾਂ ਮੈਂ ਕਹਿੰਦਾ ਵੀ ਚੱਲੀ ਜਾਂਦਾ ਕੰਮ। ਜਿਹੜਾ ਬਾਈ ਮੈਂਬਰਸ਼ਿਪ ਲਊਗਾ ਉਹਦੇ ਲਈ ਇੱਕ ਸਪੈਸ਼ਲ ਜਗ੍ਹਾ ਬਣਾਵਾਂਗੇ ਤੇ ਉੱਥੇ ਇਕੱਲੇ ਮੈਂਬਰਾਂ ਦੇ ਨਾਂ ਲਿਖਾਂਗੇ। ਚਲੋ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ, ਜਿਉਂਦੇ ਵਸਦੇ ਰਹੋ, ਟੇਕ ਕੇਅਰ।